चरणों को बकोसुग्रसना दीजे प्राण
ਕੈਟਾਗਰੀ 'ਚ ਪੈਂਦੀ ਸੰਗਤ ਦੇ ਹੱਕ ਦੇਸ਼ ਨੂੰ ਮੈਂ ਪੜ੍ਹ ਰਿਹਾ ਅਤੇ ਇਹ ਮੋਦੀਆ ਧੰਦਾ ਕੱਚੀਆਂ ਭਾਵੇਂ ਸੀ ਪਰ ਬਿਲਕੁਲ ਇਸ ਤਰ੍ਹਾਂ ਸੀਗੀਆਂ ਜਿਹੜੀਆਂ ਦਿਲ ਦੇ ਗਹਿਰਾਈ ਤੱਕ ਪਹੁੰਚੀਆਂ। ਹਰਮਨੋਤ ਸਿੰਘ ਮੈਂ ਤੁਹਾਡੀ ਯਾਦ ਲਈ ਦੱਸ ਦੇਵਾਂ ਕਿ ਸਰਦਾਰ ਹਰਮਨੋਤ ਸਿੰਘ ਗਿਆਨੀ ਸੋਹਣ ਸਿੰਘ ਦੀ ਸਵਰਗਵਾਸੀ ਗਿਆਨੀ ਸੋਹਣ ਸਿੰਘ ਦੀ ਹੈਰ ਗ੍ਰੰਥੀ ਸ਼ਹੀਦ ਦਰਬਾਰ ਸਾਹਿਬ ਦੇ ਦਰਬਾਰ ਹਨ। ਸ੍ਰੀ ਹਰਮਨੋਤ ਜੀ ਮਹਿਤ ਸਿੰਘ ਦਾ ਜਿਹੜੇ ਸਾਨੂੰ ਕੁਛ ਦਿਨ ਪਹਿਲੋਂ ਸਦੀਵੀ ਵਿਛੋੜਾ ਦੇ ਕੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਸਾਰੇ ਇੱਥੇ ਇਕੱਤਰ ਹੋਏ ਹਾਂ ਤਾਂ ਕਿ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਕਰ ਸਕੀਏ ਕਿ ਪਰਮਾਤਮਾ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਜਿਹੜਾ ਆਹ
Thank you.
Yeah.
Oh, my.
Amen.
ਭਾਈ ਸਰਪੰਚ ਜੋਗਾ ਸਿੰਘ ਜੀ ਹੋਰ ਪ੍ਰਸੰਨ ਸਰਦਾਰ ਸਿੰਘ ਜੀ ਸਰਦਾਰ ਸਿੰਘ ਜੀ ਬੜੇ ਚੰਗੇ ਇਨਸਾਨ ਸਨ ਬੜਾ ਪਿਆਰ ਸਨ ਪਬਲਿਕ ਦੀ ਸੇਵਾ ਕਰਨੇ ਆਪਣੇ ਸਰਕਾਰੀ ਕੋਟੇ ਦੀ ਹੈ ਮੈਂ ਕਈ ਵਾਰੀ ਜਿੱਥੇ ਫਿਰਿਆ ਕਰਦਾ ਕਿ ਗੌਰਮੈਂਟ ਰਿਟਾਇਰ ਬਾਅਦ ਵਿੱਚ ਕਰਨੀ ਹੈ ਅਕਾਲ ਪਰਮੇਸ਼ਰ ਪਹਿਲਾਂ ਹੀ ਰਿਟਾਇਰ ਕਰ ਅੱਜ ਇਸ ਗੱਲ ਦੀ ਮਨ ਦੇ ਮਹਿਸੂਸ ਹੈ ਦੁੱਖ ਹੈ ਅੱਜ ਸਾਡੇ ਪਾਸ ਬਹੁਤ ਸਾਰੀਆਂ ਸਹੂਲਤਾਂ ਹਨ ਬੜੇ ਸੌਖੇ ਹਨ ਚਾਹੀਦਾ ਤਾਂ ਇਸੇ ਕਰਕੇ ਇਨਸਾਨ ਦੀ ਉਮਰ ਜੋ ਹੈ ਉਹ ਇੱਕ ਲੰਬੀ ਹੋ ਜਾਂਦੀ ਬਹੁਤ ਵਧੀ ਹੋ ਜਾਂਦੀ ਲੇਕਿਨ ਦੁੱਖ ਹੈ ਜਿੱਥੇ ਸਾਡੇ ਪਾਸ ਬੜੀਆਂ ਸਹੂਲਤਾਂ ਵੀ ਹਨ ਸੁੱਖ ਵੱਡ ਸੁੱਖ ਦੇ ਸਾਧਨ ਵਧੇ ਹਨ ਇਨਸਾਨ ਦੀ ਜ਼ਿੰਦਗੀ ਕਰਨੀ ਹੈ ਜੋ ਵੀ ਥੋੜ੍ਹੀ ਥੋੜ੍ਹੀ ਉਮਰ ਦੇ ਵਿੱਚ ਸਾਡੇ ਸੱਜਣ ਦੇ ਸਾਡੇ ਪਿਆਰ ਵਾਲੇ ਅਸੀਂ ਸੱਜਣ ਸਾਰੇ
ਚੰਗੀਆਂ ਬੁਰਿਆਈਆਂ ਬਾਚੈ ਧਰਮ ਮਜ਼ਦੂਰ ਕਰਨੀ ਆਪੋ ਆਪਣੀ ਸਾਰੇ ਜੱਗੋ ਠੀਕ ਜਿੰਨੀ ਜਨਾਬ ਸਾਹਿਬ ਸਮਾਜ ਦੀਆਂ ਸੁੱਖ ਰਹੇ ਪ੍ਰਬੋਧ ਕਰੇ ਪਾਤ
ਕਰਨਾ ਤੁਹਾਨੂੰ ਦਾ ਪਿਆਰ ਤੇ ਆਰ ਰੱਖਣਾ ਪਾਸ਼ਾ ਆਦੀ ਦੀ ਪਾਸ਼ਾ ਤੋਂ ਇੱਕ ਅਦੂਤੀ ਦੇ ਸਮਾਈ ਪਾਈ ਨੇ ਆਦ ਹੋ ਕੇ ਆਦ ਜੀ ਨੇ ਅਨੁਤੀ ਹੋਇਆ ਦਰਤਾ ਦੇ ਤੋਂ ਬੇਗਮ ਨਾ ਤੇ ਕੀਤੀ ਆ ਸਭ ਦੀ ਆਪ ਆਪਣੇ ਦਰ ਤੇ ਪ੍ਰਵਾਹ ਕਰੇ ਸਭ ਆਪਣੇ ਦਰੋਂ ਸੁਖੀਰਾ ਨਾਮ ਦਾ ਮੇਰਾ ਤੇਰੇ ਸਾਥੀ ਦੇ ਦਾਸਾ ਤੇ ਤਾਂ ਨੂੰ ਬਖਸ਼ਿਸ਼ਾਂ ਕਰਨੀਆਂ ਦੁੱਖਾਂ ਦਾ ਨਾਸ ਰੇਸਾਂ ਦਾ ਨਾਸ ਕਰਨਾ ਦਾ ਸਿਆ ਸੇ ਪਿਆਰੇ ਮੇਲ ਜਿਨਾ ਮੇਰਾ ਨਾਮ ਕਹਿ ਕੇ ਤਾਰੇ ਨਾਨਕ ਨਾਮ ਜਗ ਕਲਾ ਤੇਰੇ ਪੜੇ ਵਾਹਿਗੁਰੂ ਜੀ ਵਾਹਿਗੁਰੂ ਜੀ ਬੜੇ ਉਹੀ ਉਹਦੀਆਂ ਤੰਦਾਂ
ਅੱਜ ਉਸਦੇ ਮਿੱਤਰ ਸਟਾਫ ਸਨੇਹੀ ਰਿਸ਼ਤੇਦਾਰ ਦੂਰੋਂ ਦੂਰੋਂ ਚੱਲ ਕੇ ਉਸ ਰੰਗਲੇ ਸੱਜਣ ਦੀ ਯਾਦ ਵਿੱਚ ਇਕੱਤਰ ਹੋਏ ਹਨ। ਇਸ ਲਈ ਸਭ ਤੋਂ ਪਹਿਲਾਂ ਮੈਂ ਆਪ ਸਾਹਿਬ ਦਾ ਧੰਨਵਾਦੀ ਹਾਂ। ਮਨੋਹਰ ਸਿੰਘ ਦਾ ਜਨਮ 3 ਤਿੰਨ 1962 ਤੋਂ ਫਤਿਹਗੜ੍ਹ ਸਾਹਿਬ ਵਿਖੇ ਹੋਇਆ। ਉਹਨਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਮਾਤਾ ਗੁਜਰੀ ਸਕੂਲ ਤੋਂ ਅਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਮਾਤਾ ਗੁਜਰੀ ਕਾਲਜ ਤੋਂ ਕੀਤੀ। ਫਿਰ ਗੌਰਮੈਂਟ ਜੋਬ ਵਿੱਚ ਆਏ, ਕਾਨੂੰਨ ਕੋ ਬਣੇ ਅਤੇ ਮਹਾਰਾਜ ਦੀ ਬਖਸ਼ਿਸ਼ ਹੋਈ ਅਤੇ ਪ੍ਰਮੋਸ਼ਨ ਹੋ ਗਈ ਮੈਟ੍ਰਿਕ ਦਾ। ਉਹਨਾਂ ਨੇ ਰੋਪੜ, ਨਾਨਕਪੁਰ ਸਾਹਿਬ, ਮਾਜਰੀ, ਬਰਨਾਲਾ, ਸ਼ਾਇਦ ਮੇਰਾ ਕੱਲ੍ਹ ਖਰੜ ਵੀ ਪੁੱਛਦੇ ਰਹੇ ਆ, ਕਈ ਜਗ੍ਹਾ 'ਤੇ ਵੀ ਸੇਵਾਵਾਂ ਨਿਭਾਈਆਂ। ਜਿੱਥੇ ਜਿੱਥੇ ਵੀ ਉਹ ਰਹੇ ਹੈ ਉਹ ਆਪਣੇ ਕੰਮ ਦੀ, ਆਪਣੀ ਜਾਨਦਾਰੀ ਦੀ ਔਰ ਆਪਣੇ ਸੰਤ ਸੁਭਾਅ ਦੀ ਛਾਪ ਛੱਡਦੇ ਰਹੇ। ਇਸ ਲਈ ਸਾਨੂੰ ਜਿੱਥੇ ਪਰਿਵਾਰਕ ਤੌਰ 'ਤੇ ਇੱਕ ਨਾ ਪੂਰਨ ਜੋ ਘਾਟਾ ਹੈ, ਮੇਰਾ ਖਿਆਲ ਹੈ ਵੀ ਸਮਾਜ ਲਈ, ਇਹੋ ਜਿਹੇ ਆਫਿਸਰ, ਇਹੋ ਜਿਹੇ ਇਨਸਾਨ ਲਈ ਇਹ ਘਾਟਾ ਨਹੀਂ ਪੂਰਿਆ ਜਾ ਸਕਦਾ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਬੇਨਤੀ ਕਰਾਂਗਾ ਬਾਬਾ ਜਰਨੈਲ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਅਨੰਦਪੁਰ ਸਾਹਿਬ ਤੋਂ ਉਹ ਸਪੈਸ਼ਲੀ ਸਿਰੋ ਪਾਉ ਸਾਹਿਬ ਦੀ ਬਖਸ਼ਿਸ਼ ਕਰਨਗੇ। ਸਰਦਾਰ ਹਰਮਨੋਤ ਸਿੰਘ ਦੇ ਬੇਟੇ ਗੁਰੂ ਗੁਰਪ੍ਰੀਤ ਸਿੰਘ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਬਾਬਾ ਜਰਨੈਲ ਸਿੰਘ। ਆਪਣੀ ਜੋਤ ਆਜਰਾ ਮਜੀ ਉੱਠਿਆ ਕਰਾਂ ਕਿ ਹੋਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਜੁਗੀ ਬੈਠੀ ਸਾਧ ਸਿੰਘ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀ ਹੁਣੇ ਸੁਣਿਆ ਸਰਦਾਰ ਹਰਮਨੋਤ ਸਿੰਘ ਬਾਰੇ ਔਰ ਸਭ ਨੂੰ ਪਤਾ ਵੀ ਹੈ ਅਤੇ ਆਪਾਂ ਜੁੜੇ ਵੀ ਅੰਤਮ ਅਰਦਾਸ ਵਿੱਚ ਹੈ, ਸਾਰੇ ਇੱਕ ਵਾਰੀ ਫਿਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤਾ ਸਮਾਂ ਮੈਂ ਨਹੀਂ ਦਿੰਦਾ। ਜਦੋਂ ਅਨੰਦਪੁਰ ਸਾਹਿਬ ਸੀਗੇ ਉਹਨਾਂ ਦਾ ਪਿਆਰ ਸਿੰਘ ਸਾਹਿਬ ਗਿਆਨੀ ਗੁਰਗੋਬਿੰਦ ਸਿੰਘ ਹੋਰਾਂ ਨਾਲ ਬਹੁਤ ਹੀ ਅੱਜ ਸੁਨੇਹਾ ਸੀ, ਸੰਤ ਬਾਬਾ ਲਾਭ ਸਿੰਘ ਹੋਰਾਂ ਨਾਲ, ਅਨੰਦਪੁਰ ਸਾਹਿਬ ਦੇ ਸਾਰੇ ਸ਼ਹਿਰ ਨਾਲ। ਸੋ ਮੈਂ ਬੇਨਤੀ ਕਰਾਂਗਾ ਜਿੱਥੇ ਸਿੰਘ ਸਾਹਿਬ ਗਿਆਨੀ ਗੁਰਗੋਬਿੰਦ ਸਿੰਘ ਜੀ ਦਾ ਬੇਟਾ ਪਹੁੰਚਿਆ ਹੋਇਆ ਭਾਈ ਗੁਰਦੇਵ ਸਿੰਘ ਐਡਵੋਕੇਟ, ਉੱਥੇ ਉਹ ਸਿਰੋਪਾ ਦੇਣ ਦੀ ਮੇਰੀ ਤਾਂ ਕੋਈ ਔਕਾਤ ਨਹੀਂ। ਸਰਦਾਰ ਜਰਨੈਲ ਸਿੰਘ ਜੀ ਪੰਜੌਲੀ ਅਤੇ ਗਿਆਨੀ ਬਲਦੇਵ ਸਿੰਘ ਹੋਈ ਜੋ ਉੱਥੇ ਵੀ ਕੈਪਟਨਸੀ ਸਾਹਿਬ ਰਹਿ ਕੇ ਗਏ ਨੇ, ਸਰਦਾਰ ਊਧਮ ਸਿੰਘ ਹੋਰੀ, ਇਹਨਾਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਉਹ ਬੇਟਾ ਇੱਥੇ ਆ ਜਾਵੇ ਅਤੇ ਆਪਾਂ 5 ਵਾਰੀ ਸਾਧਨਾ ਵਾਹਿਗੁਰੂ ਬੋਲ ਲਈਏ। ਸ੍ਰੀਮਾਨ ਸੰਤ ਬਾਬਾ ਲਾਭ ਸਿੰਘ ਹੋਰਾਂ ਦੀ ਵੀ ਹਾਜ਼ਰੀ ਲੱਗ ਜਾਏਗੀ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਵੀ ਆਉਣਾ ਸੀਗਾ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਵੇਰੇ ਹਰਦੇਵ ਸਿੰਘ ਨੂੰ ਫੋਨ ਆਇਆ ਕਿ ਜ਼ਰੂਰੀ ਰਿਝੇਵਾ ਹੈ, ਮੇਰੀ ਹਾਜ਼ਰੀ ਵੀ ਲਵਾਇਓ ਅਤੇ ਮੇਰੇ ਵੱਲੋਂ ਵੀ ਸਿਰੋਪਾ ਹਾਜ਼ਰ ਕਰਿਓ। ਉਹ ਸਾਰੇ ਸਿਰੋਪਾ ਰਲ ਕੇ ਸਾਰੇ ਜਣੇ ਸਰਦਾਰ ਜਰਨੈਲ ਸਿੰਘ ਜੀ ਪੰਜੌਲੀ ਜੋ ਸਾਡੇ ਧਾਰਮਿਕ ਲੀਡਰ ਨੇ ਉਹ ਵੀ, ਸਾਰਿਆਂ ਨੂੰ ਬੇਨਤੀ ਹੈ ਸਰਦਾਰ ਗਿਆਨੀ ਬਲਦੇਵ ਸਿੰਘ ਹੋਰੀ, ਊਧਮ ਸਿੰਘ ਹੋਰੀ, ਸਾਰੇ ਰਲ ਕੇ ਉਹਨਾਂ ਦੇ ਬੇਟੇ ਨੂੰ ਹਾਜ਼ਰ ਕਰ ਦਿਓ। ਅੱਗੇ ਵੀ ਕਾਕਾ ਸਿਰੋਪਾ ਸਿੰਘ ਗਿਆਨੀ ਸੋਹਣ ਸਿੰਘ ਦੀ
ਸਰਬੱਤ ਗਿਆਨੀ ਸੋਹਣ ਸਿੰਘ ਜੀ ਹਰਿ ਗ੍ਰੰਥ ਜੀ ਸ਼੍ਰੀ ਦਰਬਾਰ ਸਾਹਿਬ ਦੇ ਦਾ ਮਾਣ ਹਨ ਅਤੇ ਸਰਦਾਰ ਜੋਗਾ ਸਿੰਘ ਜੋ ਦਰਬਾਰ ਸਾਹਿਬ ਫਤਿਹਗੜ੍ਹ ਸਾਹਿਬ ਨੇ ਬੜੀ ਦੇਰ ਸੇਵਾ ਕੀਤੀ ਕੀਰਤੀ ਸਨਮਾਨ ਦੇ ਹੋਏ ਉਹਨਾਂ ਦੇ ਛੋਟੇ ਭਰਾ ਡਿਪਟੀ ਡਾਇਰੈਕਟਰ ਮੱਛੀ ਪਾਲਣ ਫਤਿਹਗੜ੍ਹ ਸਾਹਿਬ ਦਾ ਨਾਮ ਨੇ ਅਤੇ ਉਹਨਾਂ ਦੇ ਵਾਈਫ ਸ਼੍ਰੀ ਮਤੀ ਤਰਲੋਚਨ ਕੌਰ ਬਨਾਲੀ ਵਾਲਾ ਸਿੰਘ ਹਾਈ ਸਕੂਲ ਦੋਨੇ ਪਰਿਵਾਰਾਂ ਦਾ ਸਿੱਖ ਪਰਿਵਾਰਾਂ ਦਾ ਜੋੜ ਅਤੇ ਉਹਨਾਂ ਪਰਿਵਾਰਾਂ ਦਾ ਪ੍ਰਭਾਵ ਅੱਜ ਤੱਕ ਸਿੱਖੀ ਪ੍ਰਭਾਵ ਇਹਨਾਂ ਦੋਨੇ ਪਰਿਵਾਰਾਂ 'ਤੇ ਹੈ ਜਿਹੜਾ ਸਾਨੂੰ ਸਾਹਮਣੇ ਦੇਖਣ ਲਈ ਮਿਲ ਰਿਹਾ ਕਿ ਮੈਂ ਹੁਣ ਜਿਹੜੇ ਸੱਜਣ ਉਹਨਾਂ ਲਈ ਸ਼ਰਧਾ ਦੇ ਭੇਟ ਫੁੱਲ ਲੈ ਕੇ ਆਏ ਹਨ ਮੈਂ ਉਹਨਾਂ ਦੇ ਨਾਲ ਆਵਾਂਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਇਸ ਲਈ ਇੱਕ ਬੁਲਾਰੇ ਹੋਰ ਹਨ ਪਟਵਾਰ ਯੂਨੀਅਨ ਦੇ ਪ੍ਰਧਾਨ ਉਸ ਤੋਂ ਬਾਅਦ ਬੋਲਣ ਲਈ ਜਾ ਰਹੇ ਨੇ ਅੱਜ ਇਸ ਸ਼ੋਭਮਈ ਘੜੀ ਵਿੱਚ ਸਾਡੇ ਦੁੱਖ ਵੀ ਸ਼ਰੀਕ ਹਨ ਸਰਦਾਰ ਕੁਲਜੀਤ ਸਿੰਘ ਲਾਗਰਾ ਐਮਐਲਏ ਫਤਿਹਗੜ੍ਹ ਸਾਹਿਬ ਸਰਦਾਰ ਕਰਨੈਲ ਸਿੰਘ ਮੰਜੋੜੀ ਸ਼ੇਰ ਸਿੰਘ ਪ੍ਰਧਾਨ ਮਿਊਂਸੀਪਲ ਕਮੇਟੀ ਸਰਹੰਦ ਤਹਿਸੀਲਦਾਰ ਸਾਹਿਬ ਬਰਨਾਲਾ ਪਰਮਜੀਤ ਜੰਗਲ ਨਾਇਬ ਤਹਿਸੀਲਦਾਰ ਜੌਹਰੀ ਲਾਲ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਨਾਇਬ ਤਹਿਸੀਲਦਾਰ ਸ਼੍ਰੀ ਵਿਜੇ ਕੁਮਾਰ ਸਰਦਾਰ ਗੁਰਦੇਵ ਸਿੰਘ ਧੰਮ ਮਾਲਕਕਾਰੀ ਯੂਨੀਅਨ ਦੇ ਪ੍ਰਧਾਨ ਨੌਰਿਤ ਸਿੰਘ ਨਾਲੀਨਾ ਲੈਕਚਰਾਰ ਅਤੇ ਸਾਡੇ ਭਾਬੀ ਜੀ ਕਰਲੋਜਿਤ ਅਤੇ ਉਹਨਾਂ ਦੇ ਕਲੀਗ ਹਨ ਪ੍ਰਿੰਸੀਪਲ ਹਰਦੇਵ ਸਿੰਘ ਗੌਰਮੈਂਟ ਹਾਈ ਸਕੂਲ ਬਡਾਲੀਆਲਾ ਸਿੰਘ ਮੱਛੀ ਪਾਲਣ ਵਿਭਾਗ ਸਰਦਾਰ ਸੁਖਵਿੰਦਰ ਸਿੰਘ ਦੇ ਸਟਾਫ ਔਰ ਇਹਨਾਂ ਦੇ ਦਫ਼ਤਰ ਦਾ ਸਾਰਾ ਅਮਲਾ ਸਰਦਾਰ ਅਮਰਜੀਤ ਸਿੰਘ ਮੈਨੇਜਰ ਅਤੇ ਬਾਲ ਵਿਭਾਗ ਦੇ ਉਹਨਾਂ ਦੇ ਸਾਥੀ ਹੋਰ ਵੀ ਜਿੰਨੇ ਵੀ ਸੱਜਣ ਮਿੱਤਰ ਇੱਥੇ ਹਾਜ਼ਰ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਦੁੱਖ ਸ਼ਰੀਕ ਹੋ ਕੇ ਸਾਡਾ ਦੁੱਖ ਵੰਡਾਇਆ ਅਤੇ ਮੈਂ ਹੁਣ ਅਪੀਲ ਕਰਾਂਗਾ ਪਰਿਵਾਰ ਯੂਨੀਅਨ ਦੇ ਪ੍ਰਧਾਨ ਉਹਨਾਂ ਨੂੰ ਉਹ ਆ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਬੇਨਤੀ ਕੀਤੀ ਵੀ ਸਰ ਜੀ
ਤਾਂ ਸਾਡੀ ਵਾਲੀ ਹੋ ਚੁੱਕੀ ਆ, ਪਰ ਲੋਕਾਂ ਦੇ ਕੰਮ ਨੇ ਜਿਹੜੇ ਤੁਹਾਡੇ ਸਿੱਖਾਂ ਤੁਹਾਡੇ ਗੁਰਦੁਆਰਿਆਂ ਨੂੰ ਸੁਚਰੇ ਨਹੀਂ। ਤੁਸੀਂ ਕਿਰਪਾ ਕਰਕੇ ਸਾਡੇ ਧੌਂਦੇ ਆ ਕੇ ਆਪਣੇ ਸਿੱਖ ਨੂੰ ਦੁਆਰੇ ਪਰ ਕਰਕੇ ਜਾਓ। ਚਾਹੇ ਉੱਥੇ ਜਿੱਦਾਂ ਸਾਹਿਬ ਹੋਰ ਪਹੁੰਚ ਚੁੱਕੇ ਸੀ ਉਹਨਾਂ ਦਾ, ਪਰ ਪੁਰਖਾਂ ਵਾਲੇ ਮੁੰਡਾ ਚੱਲਦਾ ਨਹੀਂ ਸੀ। ਇਹ ਇੰਨੇ ਹਰਮਨ ਪਿਆਰੇ ਇੰਨੇ ਨਿਮਤ ਵਾਲੇ ਪੁੱਜ ਸੀ ਦਾਤ ਆ, ਬੇਨਤੀ ਮੰਨ ਕੇ ਇਹਨਾਂ ਨੇ ਉਸੇ ਤਿੰਨੀ ਘੰਟੇ ਦੇ ਧੌਂਦੇ ਜਾ ਕੇ ਸਾਰੇ ਜੋ ਲੋਕਾਂ ਦੇ ਕੰਮ 15 ਦਿਨਾਂ ਦੇ ਲੰਬ ਪਏ ਸਨ ਬਦਲੇ ਹੋਣ ਦੇ ਬਾਵਜੂਦ ਬਾਅਦ ਵੀ ਇਹਨਾਂ ਨੇ ਰਾਜ ਦੀ ਬੇਨਤੀ ਮੰਨੀ। ਬਹੁਤ ਘੱਟ ਇਲਾਕੇ ਹੁੰਦੇ ਨੇ ਜਿਹੜੇ ਬਦਲੀ ਹੋਣ ਤੋਂ ਬਾਅਦ ਵੀ ਕਹਿੰਦੇ ਸਾਡਾ ਬਦਲੀ ਰੋਗੀ ਜੀ ਪ੍ਰਧਾਨ ਜੀ ਮੰਟੂ ਜੀ ਦਵਿੰਦਰਾ ਸਾਹਿਬ ਆ ਗਏ ਨੇ ਤੇ ਕਰ ਦੇਣਗੇ। ਇਹ ਇੰਨੇ ਨਿਮਤ ਵਾਲੇ ਪੁੱਜ ਸੀ ਜੋ ਆਪਣੇ ਪਰਿਵਾਰ ਨੂੰ ਸਾਰੇ ਮੁਲਾਜ਼ਮਾਂ ਨੂੰ ਮੁਲਾਜ਼ਮਾਂ ਦਾ ਵੀ ਪਰਿਵਾਰ ਰਹਿਣੇ ਨੇ ਇੱਕ ਸਮੁੱਚੀ ਦੁਕਾਈ ਨੂੰ ਸਾਡੇ ਜੋ ਲੋਕਾਂ ਤੋਂ ਯਾਦ ਕਰਨਗੇ। ਬਹੁਤ ਥੋੜੇ ਸਮੇਂ ਵਿੱਚ ਇਹਨਾਂ ਨੇ ਸਾਡੇ ਬਰਨਾਲੇ ਜ਼ਿਲ੍ਹੇ ਵਿੱਚ ਮਹਿਰਗਨ ਸਬ ਤਹਿਸੀਲ ਧਨੌਲਾ ਸਬ ਤਹਿਸੀਲ ਬਰਨਾਲਾ ਤਹਿਸੀਲ ਵਿੱਚ ਜੋ ਚੰਨ ਮੰਡਿਆ ਹੈ ਲੋਕ ਸਾਡਾ ਯਾਦ ਰੱਖਣਗੇ। ਅੱਜ ਇਹਨਾਂ ਦੀ ਅੰਤਮ ਅਰਦਾਸ ਵਿੱਚ ਸਾਡੇ ਪਿੰਡਾਂ ਸਾਹਿਬ ਬਲਕਰ ਸਿੰਘ ਜੀ ਮਾਹਲ ਜੀ ਸਮੂਹ ਪਿੰਡਾਂ ਸਮੂਹ ਸਟਾਫ ਸਮੂਹ ਸੇਵਾਦਾਰ ਸਮੂਹ ਐਚ ਡੀ ਐਮ ਦਾ ਸਟਾਫ ਸਮੂਹ ਡੀ ਸੀ ਆਫਿਸ ਦੇ ਸਟਾਫ ਕਲੈਕਟਰ ਸਟਾਫ ਕਨਵਰਸੇਸ਼ਨ ਬਰਨਾਲਾ ਸਮੂਹ ਸਾਡੇ ਸਿੱਖਾਂ ਕਮਿਸ਼ਨ ਪੀਲਾ ਸਿੰਘ ਮਲਾਰ ਸਾਹਿਬਾਂ ਸਮੂਹ ਸਾਡੇ ਜ਼ਿਲ੍ਹੇ ਦਾ ਵੱਧ ਤੋਂ ਵੱਧ ਸਾਹਿਬ ਪ੍ਰਵਾਨੀ ਸਾਹਿਬਾਂ ਹੋਰ ਸਾਡੇ ਜ਼ਿਲ੍ਹੇ ਦੇ ਅਹੁਦੇ ਸਾਹਿਬਾਨ ਪਹੁੰਚੇ ਹਨ ਜੋ ਇਹਨਾਂ ਦੇ ਪਿਆਰ ਦਾ ਸਬੂਤ ਮਿਲਦਾ ਹੈ। ਬਾਕੀ ਜੋ ਇਹਨਾਂ ਨੂੰ ਕਦੇ ਜਾਣ ਦਾ ਘਾਟਾ ਤਾਂ ਆਪਾਂ ਨੂੰ ਪੂਰਾ ਨਹੀਂ ਹੋਣਾ। ਪਰਮਾਤਮਾ ਕੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਕਿਹੜੇ ਵਿੱਚ ਮਤਲਬ ਚਲਾ ਕੇ ਚੱਲਣਾ ਵੀ ਮਾਸ ਬਖਸ਼ੇ ਕਿਸੇ ਪਰਿਵਾਰ ਨੂੰ ਸਾਨੂੰ ਸੁੱਚੇ ਸਟਾਫ ਨੂੰ ਭਾਵਨਾ ਦਾ ਬਲ ਬਖਸ਼ੇ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣਾ ਅਪੀਲ ਕਰਾਂਗਾ ਮਾਲ ਅਧਿਕਾਰੀ ਯੂਨੀਅਨ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਧੰਗ ਜੀ ਨੂੰ ਉਹ ਸ਼ਰਧਾ ਦੇ ਫੁੱਲ ਭੇਟ ਕਰਨ। ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਬੈਠੀ ਸਾਧ ਸੰਗਤ ਜੀ, ਅੱਜ ਦੇ ਫਤਿਹਗੜ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਅੱਜ ਸ੍ਰੀ ਹਰਕਨੌਰ ਜੀ ਨੈਬ ਸਿੰਘ ਦਾ ਜਿਹੜੇ ਸਾਨੂੰ ਕੁਛ ਦਿਨ ਪਹਿਲੋਂ ਸਦੀਵੀ ਵਿਛੋੜਾ ਦੇ ਗਿਆ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਸਾਰੇ ਇੱਥੇ ਇਕੱਤਰ ਹੋਏ ਹਾਂ ਤਾਂ ਕਿ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਕਰ ਸਕੀਏ ਕਿ ਪਰਮਾਤਮਾ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਜਿਹੜਾ ਅਸਹਿਤ ਇੱਕ ਕਹਿ ਜਿਹੜਾ ਵਿਛੋੜਾ ਪਿਆ ਉਹ ਚੱਲਣ ਦਾ ਬਲ ਬਖਸ਼ਣ। ਮੌਤ ਇੱਕ ਟਨ ਸੱਚਾਈ ਹੈ, ਆਪਾਂ ਨੂੰ ਸਭ ਨੂੰ ਪਤਾ ਜਦੋਂ ਵਿਅਕਤੀ ਕੋਈ ਜਨਮ ਲੈਂਦਾ ਉਸਦੇ ਨਾਲ ਹੀ ਉਹਦਾ ਸਮਾਂ ਅਤੇ ਸਥਾਨ ਨਿਸ਼ਚਿਤ ਹੋ ਜਾਂਦਾ ਵੀ ਉਸਦੇ ਅੰਤਮ ਸਮਾਂ ਕਦੋਂ ਆਉਣਾ। ਇਹਦਾ ਜਿਹੜੇ ਉੱਪਰ ਪਰਮਾਤਮਾ ਦੀ ਵਿਧੀ ਵਿਧਾਨ ਹੈ ਇਸ ਦੇ ਵਿੱਚ ਨਾ ਹੀ ਕਿਸੇ ਦੀ ਦਰਲੰਦਾਜ਼ੀ ਹੈ ਨਾ ਕੁਛ ਕਰ ਸਕਦਾ। ਪਰ ਕੁਛ ਲੋਕ ਜਿਹੜੇ ਆਪਣੇ ਜਿਹੜਾ ਸਮਾਂ ਜਿਵੇਂ ਹਰਮਨੋਹਰ ਜੀ ਨੇ ਬਿਤਾਇਆ ਇੱਕ ਅਜਿਹੇ ਪੂਰਨੇ ਪਿੱਛੇ ਛੱਡ ਜਾਂਦੇ ਜਿਹੜੇ ਸਾਰੇ ਉਹਨਾਂ ਨੂੰ ਯਾਦ ਕਰਦੇ। ਮੈਨੂੰ ਹਰਮਨੋਹਰ ਜੀ ਨਾਲ ਕੰਮ ਕਰਨ ਦਾ ਸਿਰਫ 15 ਦਿਨ ਫਿਰ ਮੌਕਾ ਮਿਲਿਆ ਰੋਪੜ ਉਸੇ ਜਦੋਂ ਮਹਿਤ ਸਿੰਘ ਦਾ। ਇੰਨੇ ਮਿੱਠੇ ਇੰਨੇ ਨਿਮਰ ਸੁਭਾਅ ਵਾਲੇ ਇੰਨੇ ਸਦਭਾਵਨਾ ਹਲੀਮੀ ਨਾਲ ਗੱਲ ਕਰਨ ਵਾਲੇ ਜੇ ਕਿਹਾ ਜਾਵੇ ਤਾਂ ਵਿਅਕਤੀ ਘੱਟ ਅਤੇ ਸੰਤ ਜ਼ਿਆਦਾ ਸਨ। ਜਿਸ ਦਿਨ ਸਾਨੂੰ ਸਿਲਦਾਰ ਸਾਹਿਬ ਨੇ ਮੈਸੇਜ ਪਾਇਆ ਵੀ ਉਹਨਾਂ ਦਾ ਆਫਿਸ ਦੇ ਵਿੱਚ ਕੰਮ ਕਰਦੇ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ, ਸਾਡੇ ਸਾਰਿਆਂ ਦੇ ਵਿੱਚ ਪੂਰਾ ਸ਼ੋਕ ਦੀ ਲਹਿਰ ਜਿਹੜੀ ਉਹ ਦੌੜ ਗਈ। ਪਰੰਤੂ ਅਟਲ ਸੱਚਾਈ ਹੈ ਕਿ ਉਹਦੇ ਵਿੱਚ ਕੀਤਾ ਕੁਛ ਨਹੀਂ ਜਾ ਸਕਦਾ। ਅਸੀਂ ਸਾਰੇ ਜਿੰਨੇ ਵੀ ਸਾਡੀ ਐਸੋਸੀਏਸ਼ਨ ਹੈ ਮੈਂ ਆਪਣੇ ਛੋਟੇ ਜਿਹੜੇ ਸਾਡੇ ਬੇਟੇ ਨੇ ਹਰਮਨੋਹਰ ਜੀ ਦੇ ਜਿਹੜੀ ਵੱਡੀ ਭੈਣ ਨੇ ਸਾਡੇ ਉਹਨਾਂ ਦੇ ਧਰਮ ਪਤਨੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਣਾ ਜਦੋਂ ਵੀ ਕਿਤੇ ਕੋਈ ਵੀ ਸਰਕਾਰੀ ਦਰਬਾਰੇ ਕੰਮ ਹੋਵੇ ਕਿਸੇ ਤਰ੍ਹਾਂ ਦੀ ਵੀ ਇਹਨਾਂ ਦੀ ਲੋੜ ਹੋਵੇ ਕੋਈ ਇਹਨਾਂ ਨਾਲ ਸੰਬੰਧਿਤ ਨੌਕਰੀ ਨਾਲ ਸੰਬੰਧਿਤ ਇਹ ਸਾਨੂੰ ਕਿਰਪਾ ਕਰਕੇ ਦੱਸਣ ਜ਼ਰੂਰ ਇੱਥੋਂ ਵਾਲੇ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਵਾਲੇ ਜਾਂ ਗਰੋਹ ਵਾਲੇ ਕਿਸੇ ਨੂੰ ਵੀ ਦੱਸਣ ਅਸੀਂ ਬਹੁਤ ਬਹੁਤ ਜ਼ੋਰ ਲਾ ਕੇ ਜੋ ਵੀ ਕੰਮ ਹੈ ਉਹਨਾਂ ਦੇ ਪੇਚਣਾ। ਇਸ ਦੇ ਨਾਲ ਹੀ ਅਸੀਂ ਇੱਕ ਸਾਡੀ ਐਸੋਸੀਏਸ਼ਨ ਵੱਲੋਂ
छोटा जिहा उपराला किया जा रहा जो भी किसी की अणसुखावी मौत होती है सर्विस दौरान असी उन्होंने 1,00,000 रुपए की माली मदद उस परिवार को दें जो भी दुख ग्रस्त है अज भी असी साढ़े जोड़े भैन जी है उन्होंने लेके जावे इस दे नाल ही मैं अंत में फिर श्री हरमनोहर जी को श्रद्धा के फुल भेट करना वाहेगुरु जी का खालसा वाहेगुरु जी साहबी अपने वालों अपने समूह साथियों वालों जो परिवार की विधि सहायता कर रहे हो गोदान गोदान धन्यवाद। मैं स्पैशली तौर पर तहसीलदार साहब रोपड़ का भी धन्यवाद साथी ने विछोड़े के दुख में शरीफ होते हुए दे रहे हैं उन्होंने भी धन्यवाद। दोस्तों सजनों मैं एक आप सबनों मैनू लगता कि आप सारे अजकल पढ़े लिखे हाँ मैं निजी तौर पर एक आपको अपील करनी चाहता कि अपने सब के हाथों के बीच मोबाइल फोन होंगे तुम जो एक बड़ा ही अजीब किस्म का एक्शन होंगे जो एक या दो मिनट के संभाल भी सकते हो एक दो मिनट पास हो गए फिर हाथों निकल इसलिए सज्जनों पढ़े लिखे है मोबाइल हैगा मोबाइल से CPR लिंक क्लिक करो CPR का मतलब है कंप्रेशन रेसस्किटेशन जो एक या दो मिनट अटैक हो उन्होंने छाती को कंटीन्यूअसली दो हाथों का दबा के कंटीन्यूअसली दबाते रहो प्रेस करते रहो ये वाहगुरु की बख्शिश होगी तो मेहनत सफल हो जाएगी। ये हार्ट अटैक का सब तो पहली फर्स्ट एड है जो तक एंबूलेंस नहीं चाहती मैं एंबूलेंस नहीं पहुँचती मैं इसलिए आप सबको अपील करना कि आप सारे अखबार अच्छे पोलीटिकली बड़े अवेयर हाँ लेकिन सानू अपनी हेल्थ प्रति एक बड़ी छोटी जी एक्शन है जिंदा तुम अपनी अपने दोस्त मित्र या किसी की जान बचा सकते हो इसलिए ज्यादा समा ना लेता हो मैं हम आखिर अपील करांगा साडे नौजवान लीडर अकाली दल के नेतृत्व लीडर जो साडे परिवार नाल बड़े शुरू तो जुड़े हैं सरदार उधम सिंह जी ते पंडोली साहब मेरा ख्याल असं छोटे छोटे सके उदों को ही एक दूसरे नाल जुड़े हुए हैं। मैं बेनती करांगा पंडोली साहब को पंजोली साहब ने कहा कि मैं ही जन साहब इसलिए सारी साथ संगत का पंजोली साहब का होर आप साहब का बड़ा बड़ा धन्यवाद तो हम देख बढ़ते की कि वाहगुरु अपनी वापसी यात्रा सफल करे। वाहगुरु जी का खालसा वाहगुरु जी की फतह।